मैं इकले दत्तां नूं जानकारी देण जा रहा 33 लोग ने। दोस्तों जिहड़े भी किसानी अंदोलन नाल जुड़े आ मैं उन्हां नूं हथ जोड़ के बेनती करदा है कि जिहड़ियां असीं तुहानूं जानकारियां दे रहे हैं पब्लिक तक जरूर अपनी वीडियो शेयर करके पहुंचाओ ताकि लोगों नूं उन्हां दे जिहड़े जी गवाचे ने उन्हां दी जानकारी पहुंच सके। मैं तुहानूं दस्सण जा रहा है जिहड़े 33 कल लोग ने मैं उन्हां दी लिस्ट तुहानूं दे रहा और लिस्ट मैं अपने फेसबुक ते पा रहा और मैं तुहानूं इह वी बेनती करदा है जिन्नियां साडे कोल लिस्टां बणी जा रहियां ने मैं सारे सारियां जिहड़े लोग ਸਾਨੂੰ ਆਈਡੈਂਟੀਫਾਈ ਕਰ ਰਹੇ ਹਾਂ ਅਸੀਂ ਆਪਣੇ ਫੇਸਬੁੱਕ ਤੇ ਪਾ ਰਹੇ ਹਾਂ ਆਪਣੇ ਡਿਜੀਟਲ ਚੈਨਲਸ ਤੇ ਪਾ ਰਹੇ ਹਾਂ ਔਰ ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਉਹਨਾਂ ਚੀਜ਼ਾਂ ਨੂੰ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਉਹਨਾਂ ਦੇ ਪਰਿਵਾਰ ਦੇ ਲੋਕ ਸੁਰੱਖਿਅਤ ਨੇ। ਮੈਂ ਇਕਲੇ ਦੱਤਾਂ ਨੂੰ ਜਾਣਕਾਰੀ ਦੇਣ ਜਾ ਰਿਹਾ 33 ਲੋਕ ਨੇ ਰਣਜੀਤ ਸਿੰਘ ਜਿਹੜਾ ਤੁਸੀਂ ਦੇਖ ਰਹੇ ਜੇ ਰਵੇਲ ਸਿੰਘ ਨਵੇਂ ਸ਼ਹਿਰ ਤੋਂ ਆ ਜਿਹਦੀ ਉਮਰ 22 ਸਾਲ ਆ ਜਸਕਰਨ ਸਿੰਘ ਸਨ ਆਫ ਗੁਰਚਰਨ ਸਿੰਘ ਇਹ ਮਾਨਸਾ ਤੋਂ ਆ ਜਗਵਿੰਦਰ ਸਿੰਘ ਸਨ ਆਫ ਹੁਸ਼ਿਆਰ ਸਿੰਘ ਇਹ ਸੰਗਰੂਰ ਤੋਂ ਆ ਕੁਲਵਿੰਦਰ ਸਿੰਘ ਸਨ ਆਫ ਦਰਸ਼ਨ ਸਿੰਘ ਇਹ ਸੰਗਰੂਰ ਤੋਂ ਆ ਜਗਬੀਰ ਸਿੰਘ ਸਨ ਆਫ ਤੰਨਾ ਸਿੰਘ ਇਹ ਸੰਗਰੂਰ ਤੋਂ ਆ 47 ਸਾਲ ਉਮਰ ਗੁਰਮੇਜ ਸਿੰਘ ਸਨ ਆਫ ਦਰਬਾਰਾ ਸਿੰਘ 27 ਸਾਲ ਇਹ ਵੀ ਸੰਗਰੂਰ ਤੋਂ ਆ ਸਤਨਾਮ ਸਿੰਘ ਸਨ ਆਫ ਬਹਾਦਰ ਸਿੰਘ ਇਹ ਵੀ ਸੰਗਰੂਰ ਤੋਂ ਆ 30 ਸਾਲ ਉਮਰ ਆ ਦਿਲਬਾਗ ਸਿੰਘ ਦਿਲਸ਼ਾਦ ਸਿੰਘ ਸਨ ਆਫ ਦਿਲਾਵਰ ਖਾਨ ਇਹ ਮੋਹਾਲੀ ਤੋਂ ਆ ਨਵਜੋਤ ਸਿੰਘ ਸਨ ਆਫ ਜਗਬੀਰ ਸਿੰਘ ਇਹ ਕਾਦੀਆਂ ਮੋਹਾਲੀ ਤੋਂ ਆ ਅੰਕਿਤ ਸਨ ਆਫ ਰਮੇਸ਼ ਇਹ ਪਾਣੀਪਤ ਤੋਂ ਆ ਸੁਨੌਲੀ ਤੋਂ 20 ਸਾਲ ਦੀ ਉਮਰ ਆ ਅੰਕਿਤ ਸਨ ਆਫ ਕਰਨ ਇਹ ਅਸੰਧ ਤੋਂ ਕਰਨਾਲ ਤੋਂ ਆ ਉਮਰ 20 ਸਾਲ ਜਸਪਾਲ ਸਿੰਘ ਸਨ ਆਫ ਅਵਤਾਰ ਸਿੰਘ ਇਹ ਗੱਦੂ ਕਲਾਂ ਪੀ ਐਸ ਪੋਹੇ ਤੋਂ ਆ ਮਨਿੰਦਰ ਸਿੰਘ ਸਨ ਆਫ ਬੇਅੰਤ ਸਿੰਘ ਇਹ ਮੁੱਲਾਪੁਰ ਫਤਿਹਗੜ੍ਹ ਸਾਹਿਬ ਤੋਂ ਆ 28 ਸਾਲ ਉਮਰ ਆ ਅਜੇਪਾਲ ਸਿੰਘ ਸਨ ਆਫ ਕਰਨਜੀਤ ਸਿੰਘ ਇਹ ਪੰਜਾਬ ਡਿਸਟ੍ਰਿਕਟ ਪਟਿਆਲੇ ਤੋਂ ਆ 28 ਸਾਲ ਉਮਰ ਆ ਇਸੇ ਤਰੀਕੇ ਸੁਖਪ੍ਰੀਤ ਸਿੰਘ ਸਨ ਆਫ ਕਰਨਜੀਤ ਸਿੰਘ ਧਰਮਿੰਦਰ ਸਿੰਘ ਸਨ ਆਫ ਮੇਜਰ ਸਿੰਘ ਗੁਰਵਿੰਦਰ ਸਿੰਘ ਸਨ ਆਫ ਜੰਗ ਸਿੰਘ ਇਹ ਪਾਇਲ ਤੋਂ ਔਰ ਮੋਗੇ ਤੋਂ ਜਿਹੜੇ ਮਲਕੀਤ ਸਿੰਘ ਸਨ ਆਫ ਜਹਾਂਗੀਰ ਸਿੰਘ ਇਹ ਫਤਿਹਾਬਾਦ ਤੋਂ ਆ ਗੁਰਮੀਤ ਸਿੰਘ ਸਨ ਆਫ ਵੀਰ ਸਿੰਘ ਫਤਿਹਾਬਾਦ ਗੁਰਦੀਪ ਸਿੰਘ ਸਨ ਆਫ ਸੁਖਵਿੰਦਰ ਸਿੰਘ ਲੁਧਿਆਣਾ ਮਨਪ੍ਰੀਤ ਸਿੰਘ ਸਨ ਆਫ ਸ਼ਮਿੰਦਰ ਸਿੰਘ ਫਤਿਹਗੜ੍ਹ ਸਾਹਿਬ ਜਗਵਿੰਦਰ ਸਿੰਘ ਸਨ ਆਫ ਦਵਿੰਦਰ ਸਿੰਘ ਕੁਰਸ਼ੇਤਰ ਗੁਰਦਾਸਪੁਰ ਤੋਂ ਆ ਸੰਦੀਪ ਸਿੰਘ ਸਨ ਆਫ ਸਵਰਨ ਸਿੰਘ ਇਹ ਪਾਤਰਾ ਪੰਜਾਬ ਤੋਂ ਹਰਵਿੰਦਰ ਸਿੰਘ ਸਨ ਆਫ ਰਜਿੰਦਰ ਸਿੰਘ ਰਾਜਪੁਰਾ ਤੋਂ ਜਸਕਰਨ ਸਿੰਘ ਸਨ ਆਫ ਬਲਦੇਵ ਸਿੰਘ ਕੋਟਮੀਰ ਬਠਿੰਡਾ ਤੋਂ ਉਪਸੀਰ ਸਿੰਘ ਸਨ ਆਫ ਚੰਦਰ ਸਿੰਘ ਇਹ ਮਾਨਸਾ ਤੋਂ 44 ਸਾਲ ਦੀ ਉਮਰ ਆ ਰੁਪਿੰਦਰ ਸਿੰਘ ਸਨ ਆਫ ਸੰਤਾ ਸਿੰਘ ਮਾਨਸਾ ਤੋਂ ਸੁਖਰਾਜ ਸਿੰਘ ਸਨ ਆਫ ਗੁਰਚੈਂਟ ਸਿੰਘ 40 ਸਾਲ ਦੀ ਉਮਰ ਮਾਨਸਾ ਤੋਂ ਜਗਵਿੰਦਰ ਸਿੰਘ ਸਨ ਆਫ ਜਨਤਾ ਸਿੰਘ ਮਾਨਸਾ ਤੋਂ ਕੁਲਦੀਪ ਸਿੰਘ ਸਨ ਆਫ ਗੁਰਲਾਲ ਸਿੰਘ ਮਾਨਸਾ ਤੋਂ 22 ਸਾਲ ਇਕਬਾਲ ਸਿੰਘ ਸਨ ਆਫ ਤਜਿੰਦਰ ਸਿੰਘ ਲੁਧਿਆਣੇ ਤੋਂ 23 ਸਾਲ ਗੁਰਚੈਂਟ ਸਿੰਘ ਸਨ ਆਫ ਜਸਵਿੰਦਰ ਸਿੰਘ 22 ਸਾਲ ਗੁਰਦਾਸਪੁਰ ਤੋਂ ਗੁਰਦੀਪ ਸਿੰਘ ਸਨ ਆਫ ਹਰਭਜਨ ਸਿੰਘ ਬਟਾਲੇ ਤੋਂ ਗੁਰਦਾਸਪੁਰ ਤੋਂ 24 ਸਾਲ ਇਹਦੇ ਨਾਲ ਹੀ ਬਾਕੀ ਮੈਂ ਲਿਸਟ ਹੁਣੇ ਥੋੜ੍ਹੀ ਦੇਰ ਤੁਹਾਨੂੰ ਜਾਣਕਾਰੀ ਦਊਂਗਾ ਮੈਂ ਆਪਣੇ ਫੇਸਬੁੱਕ ਤੇ ਪਾਊਂਗਾ ਇਹ ਉਹ 33 ਲੋਕ ਨੇ ਜਿਹੜੇ ਕੱਲ ਅਰੈਸਟ ਕੀਤੇ ਗਏ ਸੀਗੇ ਸਿੰਘੂ ਬਾਰਡਰ ਉੱਤੇ ਮੈਂ ਆਪ ਜੀ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਾਰੇ ਬਹੁਤ ਸਾਰੇ ਵਕੀਲ ਪੰਜਾਬ ਦੇ ਦੇਸ਼ ਤੇ ਸਾਡੀ ਸਪੋਰਟ ਕਰ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹਨਾਂ ਦੇ ਸਾਰਿਆਂ ਦੇ ਕੇਸ ਲੜੂ ਇਹਨਾਂ ਨੂੰ ਜ਼ਮਾਨਤਾਂ ਤੋਂ ਬਾਹਰ ਲੈ ਕੇ ਆਊਗੀ ਸਾਡੀ ਚਿੰਤਾ ਹੈ ਮੈਂ ਐਡਵੋਕੇਟ ਸਰ ਐਚ ਐਸ ਫੂਲਕਾ ਸਾਹਿਬ ਦਾ ਧੰਨਵਾਦ ਕਰਦਾ ਹਾਂ ਮੈਂ ਐਡਵੋਕੇਟ ਕਪਿਲ ਮਦਾਨ ਜੀ ਜਿਨ੍ਹਾਂ ਨੇ ਆਪਣੀ ਟੀਮ ਬਣਾ ਕੇ ਸਾਨੂੰ ਜਾਣਕਾਰੀ ਦਿੱਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਐਡਵੋਕੇਟ ਸਰਦਾਰ ਹਰਪ੍ਰੀਤ ਸਿੰਘ ਜੀ ਬਰਾੜ ਸਾਹਿਬ ਜਿਹੜੇ ਅੱਜ ਆਪਣੀ ਟੀਮ ਨੂੰ ਇੱਥੇ ਭੇਜ ਰਹੇ ਨੇ ਉਹਨਾਂ ਦੀ ਬਹੁਤ ਸਾਰੀ ਯੰਗ ਲਾਇਰਸ ਪੰਜਾਬ ਤੋਂ ਪਹੁੰਚ ਰਹੇ ਨੇ ਐਡਵੋਕੇਟ ਨਵਕਿਰਨ ਸਿੰਘ ਜੀ ਜਿਨ੍ਹਾਂ ਲਗਾਤਾਰ ਮੇਰੇ ਸੰਪਰਕ ਅੰਦਰ ਇਹ ਸਾਰੇ ਲੋਕ ਜਿਹੜੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਲੋਕਾਂ ਦੀ ਸਪੋਰਟ ਕਰਦੇ ਪਏ ਨੇ ਇਹਦੇ ਨਾਲ ਬਹੁਤ ਸਾਰੇ ਹਰਪ੍ਰੀਤ ਸਿੰਘ ਹੋੜਾ ਨੇ ਜਸਵਿੰਦਰ ਸਿੰਘ ਨੇ ਬਹੁਤ ਸਾਰੇ ਹੋਰ ਸਾਡੇ ਐਡਵੋਕੇਟ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਢਿੱਲੋਂ ਸਾਹਿਬ ਨੇ ਬੀਬੀ ਦਲਜੀਤ ਕੌਰ ਜੀ ਅਸੀਂ ਸਾਰੇ ਮਿਲ ਕੇ ਇੱਕ ਟੀਮ ਬਣਾ ਕੇ ਕੰਮ ਨੂੰ ਕਰਦੇ ਪਏ ਹਾਂ ਕਿਉਂਕਿ ਸਾਡੇ ਲਈ ਇਸ ਵੇਲੇ ਲੜਾਈ ਇਕਜੁੱਟ ਹੋ ਕੇ ਲੜਨ ਦੀ ਆ ਵੱਖ ਵੱਖ ਹੋ ਕੇ ਨਹੀਂ ਸੋ ਮੈਂ ਬੇਨਤੀ ਕਰਦਾ ਹਾਂ ਹੋਰ ਵੀ ਜਿਹੜਾ ਵਕੀਲ ਸਾਨੂੰ ਸਪੋਰਟ ਕਰਨਾ ਚਾਹੇ ਗੁਰਦੁਆਰਾ ਰਕਾਬਗੰਜ ਸਾਹਿਬ ਅੰਦਰ ਲਗਾਤਾਰ ਇਹਨਾਂ ਦੀ ਮੀਟਿੰਗਾਂ ਹੋ ਰਹੀਆਂ ਨੇ ਔਰ ਉੱਥੋਂ ਆਪਾਂ ਸਭ ਨੂੰ ਆਪਣੇ ਵਕੀਲ ਦੇ ਰਹੇ ਹਾਂ ਜਿਹੜੇ ਵੀ ਸਾਡੀ ਹੈਲਪ ਕਰ ਸਕਣ ਕਿਰਪਾ ਕਰਕੇ ਉਹ ਵੀ ਸਹਿਯੋਗ ਦੇਣ ਔਰ ਇਸ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਜਿਹੜੇ ਲੋਕ ਨਹੀਂ ਲੱਭ ਰਹੇ ਉਹਨਾਂ ਦੇ ਮਾਂ ਬਾਪ ਸਾਨੂੰ ਸੰਪਰਕ ਕਰਨ ਜਿਹੜੇ ਲੋਕਾਂ ਦੀ ਕੋਈ ਜਾਣਕਾਰੀ ਮਿਲਦੀ ਪਈ ਆ ਸਾਡੇ ਸੋਸ਼ਲ ਮੀਡੀਆ ਤੇ ਪਾਓ ਜਾਂ ਮੇਰੇ ਵਟਸਐਪ ਨੰਬਰ 98108 94 333 98108 94 333 ਸਾਨੂੰ ਜਾਣਕਾਰੀ ਦਿਓ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡਟ ਕੇ ਆਪਣੇ ਭਰਾਵਾਂ ਨਾਲ ਖੜੀ ਆ ਖੜੀ ਸੀ ਖੜੀ ਹੈ ਔਰ ਖੜੀ ਰਹੂਗੀ ਅਸੀਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਆਪਣੇ ਦੇਸ਼ ਦੇ ਵਾਸਤੇ ਅਸੀਂ ਵਫਾਦਾਰ ਹਾਂ ਆਪਣੇ ਝੰਡੇ ਦੇ ਵਾਸਤੇ ਅਸੀਂ ਵਫਾਦਾਰ ਹਾਂ ਪਰ ਆਪਣੇ ਭਰਾਵਾਂ ਦੀ ਵੀ ਨਾਲ ਬੇਵਫਾਈ ਨਹੀਂ ਕਰ ਸਕਦੇ ਉਹਨਾਂ ਨਾਲ ਵੀ ਡਟ ਕੇ ਖੜੇ ਹਾਂ ਜਿਹੜੀ ਇਹ ਲੜਾਈ ਆ ਇਹ ਕਿਸਾਨੀ ਦੀ ਲੜਾਈ ਆ ਇਹਨੂੰ ਕੋਈ ਧਾਰਮਿਕ ਰੰਗ ਨਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।